ਸੂਬਾ ਪੰਜਾਬ ਅਤੇ ਖਾਸ ਕਰ ਦੁਆਬਾ ਖੇਤਰ ਦੇ ਕਿਸਾਨਾਂ ਲਈ ਖੁਸ਼ਖਬਰੀ ਇਹ ਹੈ ਕਿ ਕਪੂਰਥਲਾ ਵਿੱਚ ਮਾਰਕਫੈਡ ਫੈਕਟਰੀ ਵਿੱਚ ਹੁਣ ਪਸ਼ੂਆਂ ਦੇ ਚਾਰੇ ਦੀ ਵੱਡੀ ਇਕਾਈ ਜਿਸ ਦੀ ਸੂਬਾ ਪੰਜਾਬ ਅਤੇ ਖਾਸ ਕਰ ਦੁਆਬਾ ਖੇਤਰ ਦੇ ਕਿਸਾਨਾਂ ਲਈ ਖੁਸ਼ਖਬਰੀ ਇਹ ਹੈ ਕਿ ਕਪੂਰਥਲਾ ਵਿੱਚ ਮਾਰਕਫੈਡ ਫੈਕਟਰੀ ਵਿੱਚ ਹੁਣ ਪਸ਼ੂਆਂ ਦੇ ਚਾਰੇ ਦੀ ਵੱਡੀ ਇਕਾਈ ਹੈ ਜੋ ਕਿ ਲਗਭਗ 300 ਕੁਇੰਟਲ ਦੇ ਕਰੀਬ ਹੈ। ਜਾਣਕਾਰੀ ਅਨੁਸਾਰ ਇਸ ਦੀ ਲਾਗਤ 13 ਕਰੋੜ ਰੁਪਏ ਸਥਾਪਿਤ ਕੀਤੀ ਗਈ ਹੈ। ਇਹ ਯੂਨਿਟ ਪੰਜਾਬ ਦੀ ਪਹਿਲੀ ਸਵੈ ਚਾਲਿਤ ਇਕਾਈ ਹੈ ਅਤੇ 15 ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ ਇਸ ਯੂਨਿਟ ਨੂੰ ਚਾਲੂ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਡੀਗੜ੍ਹ ਹੈੱਡਕੁਆਰਟਰ ਤੋਂ ਵਰਚੁਅਲ ਪ੍ਰਣਾਲੀ ਨਾਲ ਕੀਤਾ। ਵਿਸ਼ੇਸ਼ਤਾ ਇਹ ਹੈ ਕਿ ਇਸ ਆਟੋਮੈਟਿਕ ਯੂਨਿਟ ਦੇ ਆਟੋਮੈਟਿਕ ਹੋਣ ਕਾਰਨ ਜੇ ਕੋਈ ਪਸ਼ੂ ਖੁਰਾਕ ਦੀ ਨਿਰਧਾਰਤ ਗੁਣਵੱਤਾ ਨਾਲ ਛੇੜਛਾੜ ਕਰਦਾ ਹੈ ਤਾਂ ਇਹ ਇਕਾਈ ਤੁਰੰਤ ਉਤਪਾਦਨ ਨੂੰ ਰੋਕ ਦੇਵੇਗੀ। ਕਪੂਰਥਲਾ ਵਿੱਚ ਸਥਾਪਿਤ ਕੀਤੀ ਗਈ ਇਹ ਨਵੀਂ ਇਕਾਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗੀ ਤਾਂ ਜੋ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਛੋਟੇ ਦੁਕਾਨਦਾਰ ਆਸਾਨੀ ਨਾਲ ਇਸ ਪਸ਼ੂ ਦੀ ਖੁਰਾਕ ਫੈਕਟਰੀ ਤੋਂ ਲੈ ਕੇ ਕਿਸਾਨਾਂ ਤੱਕ ਪਹੁੰਚਾ ਸਕਣ। ਇਸ ਦੇ ਨਾਲ ਹੀ ਇਹ ਪਸ਼ੂ ਖੁਰਾਕ ਘੱਟ ਰੇਟ ਤੇ ਮੰਡੀ ਵਿੱਚ ਕਿਸਾਨਾਂ ਲਈ ਵੀ ਉਪਲਬਧ ਹੋਵੇਗੀ। ਇਹ ਪਲਾਂਟ ਜਿਹੜਾ ਜੀ 150 ਟਨ ਕਪੈਸਿਟੀ ਦਾ ਪਲਾਂਟ ਹੈ ਪਰ ਡੇ, 150 ਟਨ ਕੈਟਲ ਫੀਡ ਇੱਕ ਦਿਨ 'ਚ ਬਣਾ ਸਕਦਾ ਅਤੇ ਐਕਸਪੈਂਡੇਬਲ ਹੈਗਾ 300 ਟਨਸ ਪਰ ਡੇ ਤੱਕ। ਇਹ ਪਲਾਂਟ ਜਿਹੜਾ ਆ ਟੋਟਲੀ ਈ ਪੈਨਲਸ ਦੇ ਥਰੂ ਕੰਟਰੋਲ ਕੀਤਾ ਜਾਂਦਾ। ਪੰਜਾਬ ਦੇ ਵਿੱਚ ਵਨ ਆਫ ਦੀ ਲੇਟੈਸਟ ਜਿਹੜਾ ਪਲਾਂਟ ਆ ਉਹ ਇਹੀ ਪਲਾਂਟ ਆ। 13 ਕਰੋੜ ਦੀ ਲਾਗਤ ਨਾਲ ਲਗਭਗ ਅਸੀਂ ਇਹ ਪਲਾਂਟ ਤਿਆਰ ਕੀਤਾ ਅਤੇ ਬਿਲਕੁਲ ਜਿੰਨਾ ਟਾਈਮ ਮਿੱਥਿਆ ਗਿਆ ਸੀ ਉਸੇ ਟਾਈਮ ਦੇ ਵਿੱਚ ਅਸੀਂ ਇਹਨੂੰ ਤਿਆਰ ਕਰ ਲਿਆ। ਅੱਜ ਇਹਦੀ ਇਨੋਗਰੇਸ਼ਨ ਰਾਦਰ ਈ ਇਨੋਗਰੇਸ਼ਨ ਕੀਤੀ ਗਈ ਆ ਮੰਤਰੀ ਸਾਹਿਬ ਵੱਲੋਂ, ਅਤੇ ਉਹ ਸਾਡੇ ਫੰਕਸ਼ਨ ਦੇ ਵਿੱਚ ਸਾਡੇ ਆਨਰੇਬਲ ਮਿਨਿਸਟਰ ਆਫ ਕੋਪਰੇਸ਼ਨ ਐਂਡ ਜੇਲਸ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ, ਅਤੇ ਸਾਡੇ ਸਪੈਸ਼ਲ ਚੀਫ ਸੈਕਟਰੀ ਮੈਮ, ਦੈਨ ਸਾਡੇ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਸਰ, ਸਾਡੇ MD ਸਰ, ਚੇਅਰਮੈਨ ਸਰ ਅਤੇ ਸਾਰੇ ਬੋਰਡ ਆਫ ਡਾਇਰੈਕਟਰਸ ਨੇ ਸਾਨੂੰ ਇਹ ਵਰਚੁਅਲ ਇਹਦੀ ਇਨੋਗਰੇਸ਼ਨ ਕੀਤੀ ਹੈ, ਕਿਉਂਕਿ ਕੋਵਿਡ ਦਾ ਟਾਈਮ ਹੈ, ਉਹ ਸਾਰੇ ਰਿਸਕਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨੂੰ ਅਸੀਂ ਈ ਇਨੋਗਰੇਟ ਕੀਤਾ। ਅਤੇ ਇਸ ਪਲਾਂਟ ਦੇ ਚੱਲਣ ਨਾਲ ਸਾਨੂੰ ਜਿਹੜੀ ਕਿਸਾਨਾਂ ਨੂੰ ਜਿਹੜੀ ਐਡਵਾਂਟੇਜ ਹੋਣੀ ਆ ਉਹ ਇਹ ਹੈ ਕਿ ਇਹਦੇ ਵਿੱਚੋਂ ਨਿਕਲਿਆ ਹੋਇਆ ਕੈਟਲ ਫੀਡ ਜਿਹੜਾ ਬਹੁਤ ਜ਼ਿਆਦਾ ਹੋਮੋਜੀਨੀਅਸ ਹੁੰਦਾ। ਹੋਮੋਜੀਨੀਅਸ ਮੀਨਸ ਕਿ ਜੋ ਅਸੀਂ ਇੱਕ ਵਾਰੀ ਮਿਆਰ ਉਹਦੇ ਤਿਆਰ ਕਰਤੇ, ਹਰ ਵਾਰੀ ਸੇਮ ਮਿਆਰ ਦੀ ਫੀਡ ਹੀ ਪ੍ਰੀ ਫੈਡ ਫਾਰਮੂਲੇ ਦੇ ਹਿਸਾਬ ਨਾਲ ਬਣੇਗੀ। ਇਨ ਕੇਸ ਕੋਈ ਵੀ ਵਿੱਚ ਇੰਗਰੀਡੀਐਂਟ ਜਾਂ ਕੋਈ ਪ੍ਰੋਸੈਸ ਦਾ ਫੇਲੀਅਰ ਹੁੰਦਾ ਤਾਂ ਪਲਾਂਟ ਉੱਥੇ ਸ਼ਟਡਾਊਨ ਹੋ ਜਾਏਗਾ। ਇਹ ਨਹੀਂ ਹੈ ਕਿ ਵਿੱਚ ਮੰਨ ਲਓ ਮੱਕੀ ਨਹੀਂ ਪਈ ਜਾਂ ਘੱਟ ਪਈ ਅਤੇ ਮਾਲ ਬਣ ਜਾਏਗਾ, ਨਹੀਂ, ਉੱਥੇ ਹੀ ਸ਼ਟਡਾਊਨ ਹੋ ਜਾਏਗਾ। ਬਿਨਾਂ ਮਿਆਰ ਤੋਂ ਇਹਦੇ ਵਿੱਚ ਮਾਲ ਤਿਆਰ ਨਹੀਂ ਹੋਣਾ। ਸੋ ਕੁਆਲਿਟੀ ਜਿਹੜੀ ਆ ਉਹ ਬਹੁਤ ਇਹਦੀ ਹਾਈ ਸਟੈਂਡਰਡਸ ਦੀ ਰਹੇਗੀ। ਜਿਮ ਸਰ, ਇਹ ਜਿਹੜਾ ਇਹ 13 ਕਰੋੜ ਦੀ ਲਾਗਤ ਨਾਲ ਬਣਿਆ ਹੈ, ਕੀ ਜੇ ਆਪਾਂ ਰੋਜ਼ਗਾਰ ਅਤੇ ਨੌਕਰੀਆਂ ਦੀ ਗੱਲ ਕਰੀਏ, ਕਿਉਂਕਿ ਇਹਦੇ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਹੋਣ ਜਾ ਰਿਹਾ ਹੈ ਉਸ ਬਾਰੇ? ਆਮ ਲੋਕਾਂ ਨੂੰ ਇਹ ਹੈ ਕਿ ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ ਕਰਿਆਨੇ ਵਾਲੇ ਸਾਡੇ ਹੁੰਦੇ ਨੇ ਵੀਰ, ਉਹ ਸਾਡੀ ਫੀਡ ਸਾਡੇ ਡੀਲਰ ਬਣ ਸਕਦੇ ਆ, ਸਾਡੇ ਵੱਡੇ ਡੀਲਰ ਦੇ ਅੱਗੇ ਸਬ ਡੀਲਰ ਬਣ ਸਕਦੇ ਆ। ਮਾਰਕਫੈਡ ਦੀ ਫੀਡ ਵੇਚ ਕੇ ਇਹਦੇ ਵਿੱਚ ਮਾਰਜਿਨ ਚੰਗੇ ਨੇ, ਉਹ ਵਧੀਆ ਆਪਣੇ ਪੈਸੇ ਕਮਾ ਸਕਦੇ ਨੇ। ਫਾਰਮਰ ਨੂੰ ਉਹਦੇ ਘਰੋ ਘਰੀ ਪਹੁੰਚਾਉਣ ਲਈ ਛੋਟੇ ਲੈਵਲ 'ਤੇ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਨੇ ਆਪਣੇ ਕਰਿਆਨੇ ਵਾਲੇ, ਉਹ ਸਾਡੀ ਫੀਡ ਸਾਡੇ ਨਾਲ ਸਿੱਧੇ ਵੀ ਜੁੜ ਸਕਦੇ ਆ, ਵੱਡੇ ਸਾਡੇ ਡੀਲਰਸ ਦੇ ਨਾਲ ਵੀ ਜੁੜ ਸਕਦੇ ਆ। ਜੇ ਆਪਾਂ ਗੱਲ ਕਰੀਏ ਇਹਦੀ ਪ੍ਰਮੋਸ਼ਨਲ ਪੋਲਿਸੀਜ਼ ਦੀ, ਐਡਾ ਵੱਡਾ ਇੱਕ ਯੂਨਿਟ ਸਥਾਪਿਤ ਕਰਨਾ, ਅਤੇ ਫਿਰ ਉਸ ਤੋਂ ਬਾਅਦ ਜਿਹੜੇ, ਕਿਉਂਕਿ ਜੋ ਇਹਦੇ ਵਿੱਚ ਇਨਗਰੀਡੀਐਂਟਸ ਪੈਂਦੇ ਨੇ ਜਾਂ ਜਿਹਦੇ ਨਾਲ ਫੀਡ ਤਿਆਰ ਹੁੰਦੀ ਹੈ, ਫਾਰਮਰਸ ਨੂੰ ਵੀ ਤੁਸੀਂ ਇਨੀਸ਼ੀਏਟਿਵ ਦੇ ਰਹੇ ਹੋ ਕਿ ਉਹ ਵੀ ਆਉਣ ਔਰ ਇਹਦਾ ਫਾਇਦਾ ਲੈ ਸਕਣ? ਅਲਟੀਮੇਟਲੀ ਤਾਂ ਜੀ ਇਹਦੇ 'ਚ ਜਿੰਨਾ ਵੀ ਰੋ ਮਟੀਰੀਅਲ ਆ ਉਹ ਫਾਰਮਰਸ ਹੀ ਉਗਾਉਂਦੇ ਨੇ, ਚਾਹੇ ਉਹ ਸਿੱਧਾ ਫਾਰਮਰਸ ਦੇ ਥਰੂ ਆ ਜਾਵੇ ਜਾਂ ਟ੍ਰੇਡਰ ਦੇ ਥਰੂ ਆ ਜਾਵੇ ਜਾਂ ਕਿਸੇ ਹੋਰ ਦੇ ਥਰੂ। ਸਾਡਾ ਜਿੰਨਾ ਵੀ ਮਾਲ, ਹੁਣ ਜਿਵੇਂ ਮੱਕੀ ਅਸੀਂ ਖਰੀਦਦੇ ਹਾਂ, ਸੋ ਮੱਕੀ ਸਾਨੂੰ ਜੇ ਕੋਈ ਫਾਰਮਰਸ ਹੈਗੇ ਨੇ ਸਾਨੂੰ ਟੈਂਡਰ ਸਿੱਧਾ ਪਾਉਣਾ ਚਾਹੁੰਦੇ ਆ, ਸਾਨੂੰ ਸਿੱਧਾ ਟੈਂਡਰ ਪਾ ਸਕਦੇ ਆ। ਸਰੋਂ ਦੀ ਖਲ ਆ, ਸਰੋਂ ਦੀ ਐਕਸਟ੍ਰੈਕਸ਼ਨ ਆ, ਅਲਟੀਮੇਟਲੀ ਤਾਂ ਇਹ ਫਾਰਮਰ ਤੋਂ ਹੀ ਖਰੀਦੀਆਂ ਹੋਈਆਂ ਚੀਜ਼ਾਂ ਨੇ, ਸੋ ਫਾਰਮਰ ਨੂੰ ਇਹਦਾ ਬੈਨੀਫਿਟ ਹੋਣਾ ਹੀ ਹੋਣਾ। ਅਖੀਰ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਦੁਆਬਾ ਖੇਤਰ ਦੇ ਕਿਸਾਨ ਇਸ ਯੂਨਿਟ ਦਾ ਬਹੁਤ ਵੱਡਾ ਫਾਇਦਾ ਲੈਣ ਜਾ ਰਹੇ ਨੇ ਆਉਣ ਵਾਲੇ ਸਮੇਂ 'ਚ? ਬਿਲਕੁਲ ਠੀਕ ਹੈ ਜੀ, ਦੁਆਬਾ ਕੀ ਮਾਝਾ ਮਾਲਵਾ ਰਾਦਰ ਇਹ ਤਿੰਨੇ ਹੀ ਪੰਜਾਬ ਜਿਹੜਾ ਸਾਰਾ ਹੀ ਆ ਇਹਦੇ ਵਿੱਚ ਪੰਜਾਬ ਨੂੰ ਬਹੁਤ ਵੱਡਾ ਫਾਇਦਾ ਰਹੇਗਾ। ਸਹਿਕਾਰਤਾ ਦੇ ਵਾਸਤੇ ਇੱਕ ਬਹੁਤ ਵੱਡਾ ਕਦਮ ਆ ਕਿ ਸਟੇਟ ਆਫ ਆਰਟ ਪਲਾਂਟ ਜਿਹੜਾ ਕੋਆਪਰੇਟਿਵ ਸੁਸਾਇਟੀਜ਼ 'ਚ ਲੱਗਾ, ਜਿਹੜਾ ਕਿ ਪੰਜਾਬ 'ਚ ਟ੍ਰੈਂਡ ਨਹੀਂ ਸੀਗਾ। ਗੁਜਰਾਤ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਕੋਆਪਰੇਟਿਵਸ ਦੇ ਪਲਾਂਟ ਜ਼ਿਆਦਾ ਵਧੀਆ ਨੇ ਪ੍ਰਾਈਵੇਟ ਨਾਲੋਂ, ਬਟ ਪੰਜਾਬ ਦੇ ਵਿੱਚ ਪ੍ਰਾਈਵੇਟ ਪਲਾਂਟਸ ਹੁਣ ਤੱਕ ਬੈਟਰ ਸੀਗੇ, ਜਿਹੜੇ ਕਿ ਸਾਡੇ ਪਲਾਂਟ ਲੱਗਣ ਤੋਂ ਬਾਅਦ ਹੁਣ ਅਸੀਂ ਕਹਿ ਸਕਦੇ ਹਾਂ ਕਿ ਕੋਆਪਰੇਟਿਵ ਦਾ ਜਿਹੜਾ ਇਹ ਪਲਾਂਟ ਆ ਇਹ ਕਿਸੇ ਵੀ ਪ੍ਰਾਈਵੇਟ ਪਲਾਂਟ ਤੋਂ ਬੈਟਰ ਹੈ।
आखिरी सवाल है जी कि ये लोगों से ये आम गल रहेगी कि जिस तरह तुम कह कि एक बहुत वधिया क्वालिटी होगी कि रेट्स भी वेरिएबल होंगे कि नॉर्मल रेट्स से हर आदमी खरीद सकेगा सी साढ़े कोल ये पांच तरह के वेरियंट्स है कैटल फीड के ये पशु तो डिपेंड करता जिहड़ा घट दुध देने वाला पशु उसके लिए साढ़े कोल टाइप टू है फिर सुप्रीम मैश है टाइप टू मैश हैगी मार्कफेड 5000 मार्कफेड 8000 है सो इन्हां दे जिहड़े रेट्स ने ऑलरेडी मार्कफेड दे काफ़ी लो ने बट जिवें कि अज एम डी साहब ने भी कहा कि साढ़े कोल क्योंकि मार्जिनस हैगे ने सो असी दोबारा तो इन्हां दे रेट जिहड़ी आ पॉलिसी उहनूं रिव्यू करांगे ते नो डाउट फार्मरस नूं आने वाले कुछ दिनों एक बहुत वधिया खबर देवांगे रेट घटा के प्राइम उदे लई कपूरथला तो गगन बहल दी रिपोर्ट।